ਬਿਸਮਿਲ੍ਲਾਹਿਰ੍ਰਹਿਮਾਨਿਰ੍ਰਹੀਮ ਅਸਲਾਮੁ ਅਲੈਕੁਮ ਪਿਆਰ ਦੋਸਤੋ, ਮੇਰਾ ਨਾਮ ਹੈ ਆਤਿਫ ਸ਼ਹਜ਼ਾਦ, ਆਪ ਦੇਖ ਰਹੇ ਹੋ ਜਾਨੀ ਬੈਸ ਚੈਨਲ। ਦੋਸਤੋ ਜੀ, ਅੱਜ ਦੀ ਵੀਡੀਓ ਦੀ ਡੇਟ ਹੈ 19 ਅਗਸਤ 2024 ਔਰ ਦਿਨ ਸੋਮਵਾਰ ਦਾ। ਹਮੇਸ਼ਾ ਦੀ ਤਰ੍ਹਾਂ ਸਾਡੀ ਹੁਣ ਰੈਗੂਲਰ ਬੇਸਿਸ ਤੇ ਵੀਡੀਓ ਹੋ ਚੁੱਕੀ ਹੈ। ਨਿਊ ਫਾਰਮਰ ਨੇ ਭਾਈ ਮੁਹੰਮਦ ਜ਼ੈਦ ਮੇਰੇ ਨਾਲ ਮੌਜੂਦ ਨੇ, ਬਸਾਲ ਮਸੂਰ ਤੋਂ ਗੁਜਰਾ ਕੈਂਚੀ ਲੱਗਦਾ ਗੁਜਰਾ। ਅਗਰ ਤੁਸੀਂ ਲੋਕੇਸ਼ਨ ਦੀ ਗੱਲ ਕਰੀਏ ਤੇ ਮੰਡੀ ਬਾਉਦੀਨ ਤੋਂ ਸਾਲਮ ਰੋਡ ਤੇ 25 ਕਿਲੋਮੀਟਰ ਔਰ ਸਾਲਮ ਇੰਟਰਚੇਂਜ ਤੋਂ ਮੰਡੀ ਬਾਉਦੀਨ ਰੋਡ ਤੇ 25 ਕਿਲੋਮੀਟਰ ਗੁਜਰਾ ਕੈਂਚੀ ਹੈ। ਉਸ ਤੋਂ ਤਕਰੀਬਨ 3 ਕਿਲੋਮੀਟਰ ਮੇਨ ਰੋਡ ਤੋਂ ਹਟ ਕੇ ਬਸਾਲ ਮਸੂਰ ਹੈ ਤੇ ਟੌਪ ਕਲਾਸ ਦੇ ਜਾਨਵਰ ਹਮੇਸ਼ਾ ਤਰ੍ਹਾਂ ਮੱਝਾਂ ਤੇ ਨਾਲ ਗਾਵਾਂ ਦੋਵੇਂ ਹੀ ਮਾਸ਼ਾਅੱਲਾ ਸਾਡੀ ਵੀਡੀਓ 'ਚ ਮੌਜੂਦ ਹੁੰਦੀਆਂ ਨੇ। ਖਾਸ ਕਰਕੇ ਇਸ ਵੀਡੀਓ 'ਚ ਅਸੀਂ ਸਪੈਸ਼ਲ ਮੱਝਾਂ ਦਾ ਸ਼ੌਕ ਕਰਾਉਂਦੇ ਹਾਂ ਬਾਈ ਜ਼ਹਿਰ ਕੋਲ। ਇਸ ਤੋਂ ਇਲਾਵਾ ਅਸੀਂ ਕਿਸੇ ਫਾਰਮਰ ਕੋਲ ਕਦੀ ਕਦੀ ਕੋਈ ਇੱਕ ਅੱਧੀ ਜੋਟੀ ਆਵੇ ਤਾਂ ਵਿਖਾ ਵੀ ਦਿੰਦੇ, ਲੇਕਿਨ ਰੈਗੂਲਰ ਸਾਡਾ ਇਹ ਜਿਹੜੀ ਵੀਡੀਓ ਇਹਦੇ 'ਚ ਜੋਟੀਆਂ ਵੀ ਚੰਗੀਆਂ ਕਲਾਸ ਦੀਆਂ ਪਹਿਲਾਂ ਤੇ ਦੂਜੀਆਂ। ਉਸ ਤੋਂ ਇਲਾਵਾ ਗਾਵਾਂ ਦਾ ਸ਼ੌਕ ਹੁੰਦਾ, ਡਿਟੇਲ ਲੈਂਦੇ ਹਾਂ। ਅਸਲਾਮ ਅਲੈਕੁਮ ਜ਼ਿਆਦਾ ਪੈਸੇ ਤੇ ਬਿਤਿਆ ਸੀ, ਅੱਲਾ ਦਾ ਸ਼ੁਕਰ ਭਈਆ। ਬ੍ਰਾਹਮਣ ਦਾ ਰਿਸਪੌਂਸ ਕੋ ਜਾ ਰਿਹਾ ਬਹੁਤ ਅੱਛਾ ਭਾਈ, ਜੇ ਅਗਰ ਨਹੀਂ ਆ ਰਿਹਾ ਫਿਰ ਵੀ ਦੱਸਣਾ ਹੈ ਕਿ ਬ੍ਰਾਹਮਣ ਨੂੰ ਰਿਕੁਐਸਟ ਕਰਾਂਗੇ ਕਿਉਂਕਿ ਨਿਊ ਫਾਰਮਰ ਹੋ। ਯਾਨੀ ਭਾਈ ਬਹੁਤ ਅੱਛਾ ਆ ਰਿਹਾ। ਅੱਛਾ ਮਾਸ਼ਾਅੱਲਾ, ਜਿਹੜੇ ਜਾਨਵਰ ਲਾਏ ਦੇ ਨੇ ਕੋ 2-4 ਵਿੱਚੋਂ ਵਿਕਦੀਆਂ ਜੀ, ਸੇਲ ਹੋਵੇ ਨੇ ਭਾਈ ਜਾਨ ਜਿੰਦਾ ਪਰ। ਅੱਜ ਕਿੰਨੀਆਂ ਕਲਾਣੀਆਂ ਨੇ? ਯਾਨੀ ਭਾਈ 4 ਗਾਵਾਂ, 3 ਮੱਝਾਂ, 7 ਜਾਨਵਰ ਨੇ। 7 ਜਾਨਵਰ, ਪਹਿਲਣਾ ਤੇ ਦੂਜਣਾ ਅੱਛੀ ਕੁਆਲਿਟੀ, ਅੱਛੀ ਕੁਆਲਿਟੀ ਗਾਵਾਂ ਸਾਰੀਆਂ ਸੂਈਆਂ ਨੇ, ਕੋਈ ਗੱਬਣ ਨੇ? ਯਾਨੀ ਭਾਈ ਇੱਕ ਗਾਂ ਗੱਬਣ ਨੇ, 3 ਗਾਵਾਂ ਸੂਈਆਂ ਤੇ ਮੱਝਾਂ, ਮੱਝਾਂ 2 ਸੂਈਆਂ ਨੇ, ਇੱਕ ਗਾਂ ਮੱਝ ਗੱਬਣ ਨੇ, ਇੱਕ ਮੱਝ ਗੱਬਣ ਨੇ। ਯਾਨੀ ਕਿ ਹਰ ਤਰ੍ਹਾਂ ਦਾ ਮਾਲ ਦਸਤੀਆਬ ਹੁੰਦਾ ਜੀ। ਜਾਨੀ ਰੇਟ ਕਿਵੇਂ? ਰੇਟ ਭਾਈ ਮਾਕੂਲ, ਵੀਡੀਓ ਪੂਰੀ ਸਕੂਨ ਨਾਲ ਦੇਖਣ ਇਨਸ਼ਾਅੱਲਾ। ਦੋਤ ਜੀ, ਗਾਵਾਂ ਵੇਖ ਰਹੇ ਹੋ ਅੱਜ ਮਿਆਰੀ ਵੀ ਨੇ, ਪਹਿਲੇ ਨਾ ਬੱਚਣਾ ਵੀ ਖਲੋਤੀਆਂ ਨੇ, ਸੈਕੰਡ ਟਾਈਮਰ ਵੱਡੇ ਜਾਨਵਰ ਵੀ ਤੇ ਵੀਡੀਓ ਸਕੂਨ ਨਾਲ ਦੇਖਣੀ। ਚੈਨਲ ਤੇ ਮੈਂ ਸਬਸਕ੍ਰਾਈਬ ਕਰੋ, ਚੈਨਲ ਤੇ ਪਹਿਲੀ ਗੱਲ। مزید اس طرح کی ویڈیو دیکھنے کے لیے ہمارے جانی بیسٹ چینل کو سبسکرائب کریں اور بیل آئیکن کو پریس کریں تاکہ مزید اس طرح کی ویڈیو کی نوٹیفیکیشن آپ کو ٹائم پر ملتی رہے۔ بسم اللہ الرحمن الرحیم۔ دوستو جی، پہلا جانور سکرین دے اوپر تھوڑے سامنے تے ماشاءاللہ جی بڑے خوبصورت ہیرا، کوالٹی دے اوپر فوکس ہے، بریڈ تے فوکس ہے۔ ਦੋ ਦੀ ਜਾ ਤੇ ਇੱਕ ਰੱਖੋ, ਚੰਗੀ ਰੱਖੋ। ਅਸੀਂ ਤੁਹਾਨੂੰ ਹਰ ਵੀਡੀਓ 'ਚ ਇਹੀ ਆਖਦੇ ਹਾਂ, ਇੱਕ ਵਾਰੀ ਵੱਛੀ ਵੇਖੋ। ਮਾਸ਼ਾਅੱਲਾ ਜੀ, ਗਾਂ ਬੜੀ ਸੋਹਣੀ, ਆਊਟਸਟੈਂਡਿੰਗ ਹੈ, ਕਲਾਸ ਵਾਲੀ ਹੈ ਔਰ ਬਰੀਡ ਪੂਰੀ। ਇੱਕ ਵਾਰੀ ਵੇਖੋ, ਬਲੱਡ ਲਾਈਨ ਤੇ ਫੋਕਸ ਹੈ ਬਾਈ ਜ਼ੈਦ ਦਾ। ਅੱਛੀ ਵੱਛੀ ਥੱਲੇ ਵੀ ਮੌਜੂਦ ਹੈ, ਸੈਕ ਸਿਮਨ ਯੂਜ਼ ਹੋਇਆ। ਇਹ ਹੁੰਦੇ ਜੇ ਫਾਇਦੇ ਕਿ ਚੰਗਾ ਸਿਮਨ ਲਵਾਉਣਾ, ਅੱਛੀ ਚੀਜ਼ ਰੱਖਣੀ ਹੈ, ਦੋ ਦੀ ਥਾਂ ਤੇ ਇੱਕ ਦੀ ਕੋਸ਼ਿਸ਼ ਕਰਨੀ ਖਲੋਣ ਦੇ। ਇੱਕ ਵਾਰੀ ਜ਼ੈਦ ਬਾਈ, ਦੰਦੋ ਮੋਹ ਕਿੰਨੀ ਹੈ ਇਸ ਟਾਈਮ? ਯਾਨੀ ਭਾਈ ਦੰਦੋ ਛਿੱਗੀ, ਆਟਾ ਵੀ ਖਜ਼ਰਾ। ਦੇਖੋ ਜੀ, ਮਾਸ਼ਾਅੱਲਾ ਚੈੱਕ ਕਰੋ ਇੱਕ ਲਿਬਾਸ, ਦੰਦਾਂ ਦੀ 6 ਆ, ਵਾਰਾ ਦੂਜਾ, ਪਿੱਛੇ ਬੱਚੀ। ਅੱਜ ਦਿਨ ਕਿਨਵਾ? ਦੂਸਰਾ ਦਿਨ ਜਾਨੀ ਭਾਈ, ਬੱਚੇ ਧਿਆਨ ਦੇ ਯਾਰ, ਦੂਜਾ ਦਿਨ ਅੱਜ ਡਿਲੀਵਰ ਹੋਈ ਨੀ। ਬੋਲਾ 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 ਬੋਲਾ, 20 ਲੀਟਰ ਦੀ ਮੌਕੇ ਦੀ ਚੁਮਾਈ ਜਾਨੀ ਭਾਈ, ਦੋਵਾਂ ਟਾਈਮਾਂ ਦੀ, ਦੋਵਾਂ ਟਾਈਮਾਂ ਦੀ ਜਾਨੀ ਭਾਈ, ਤਸੱਲੀ ਕਰ ਲਵੇ ਕੋਈ, ਤਸੱਲੀ ਕਰ ਲੈ ਭਾਈ। ਦੋਤ ਜੀ 20 ਲੀਟਰ ਐ ਬੱਚਿਆ ਲੱਗੇ ਕਰਨਾ ਭਾਈ, ਚੋਵੇ ਦੋ ਟਾਈਮ ਚੋਵੇ 20 ਲੀਟਰ। ਦੋਸਤੋ ਜੀ, ਮੌਕੇ ਦੀ ਚੁਮਾਈ ਹੈ ਦੋਵਾਂ ਟਾਈਮਾਂ ਦੀ। ਕਿਸੇ ਬਰਾ ਦਾ ਦਿਲ ਕਰੇ ਔਰ ਲਿਬਾਸ ਚੈੱਕ ਕਰੋ ਨਾ ਜ਼ਰਾ। ਮਾਸ਼ਾਅੱਲਾ, ਇੱਥੇ ਹੁੰਦੇ ਜੇ ਪੈਸੇ ਪੂਰੇ ਮਾਲਕ ਦੇ ਕੇ ਲਿਬਾਸ ਗੌਰ ਦੇ ਨਾਲ ਵੇਖਿਆ ਕਰੋ ਕਿ ਚਾਰੇ ਗੁੱਲੇ ਓਕੇ ਦੀ ਰਿਪੋਰਟ ਹੋਏਗੀ, ਕੋਈ ਥਾਂ ਚ ਮੀ ਮੇਕ ਐਬ ਨੋ ਕਸਮੇ। ਭਾਈ ਇੱਕ ਬਾਹਰ ਦਾ ਹੀ ਫਰਕ ਨਾ ਉਸੇ ਦਾ, ਜ਼ਿੰਦਾਬਾਦ। ਪਿੱਛੇ ਬੱਚੀ ਹੈ, ਕਿੰਨੇ ਦਾ ਜਾਨਵਰ? ਜਾਨਵਰ ਤੇ ਜਾਨੀ ਭਾਈ 6 ਲੱਖ ਦਾ ਹੈ, ਮਾਰਕੀਟ ਲਿਹਾਜ਼ ਨਾਲ, ਮਾਰਕੀਟ ਲਿਹਾਜ਼ ਨਾਲ ਬਹੁਤ ਮਕਬੂਲ ਰੇਟ ਤੇ ਆਂਦੇ। ਅੱਜ ਅੱਜ ਯੈਸ ਨੋ ਦਾ ਰੇਟ ਲਾਣਾ, ਜਿਵੇਂ ਸੋਹਣੀਆਂ ਵੈੜਾਂ ਨਾਲ ਮੁਖਤਸਰ ਗੱਲ ਹੋਵੇ। 5,45,000 ਦੀ, 5,45,000 ਦੋਤੋ ਜੀ ਨੂੰ ਕਹਿੰਦੇ ਨੇ ਜਾਇਜ਼ ਨਫਾ। ਬਾਕੀ ਵੈੜਾਂ ਹੋਰ ਵੀ ਵਿਖਾਉਣੀਆਂ ਨੇ, ਚੰਗੀ ਤੋਂ ਚੰਗੀ ਵੀ ਵਿਖਾਉਣੀ ਹੈ। ਯਾਨੀ ਭਾਈ ਵੈੜ ਮੇਰੀ 6 ਲੱਖ ਦੀ, 100 ਦਾ ਨੋਟ ਵੀ ਨਹੀਂ ਘਾਟ, 5,45 ਲਾਈ, 5,45 ਦੀ। ਦੋਤੋ ਜੀ ਰੇਟ ਨਹੀਂ ਮੰਗਿਆ ਮੇਰੇ ਭਰਾ ਨੇ, ਦੇਣੇ ਵਾਲੀ ਗੱਲ। ਕਦ ਵੇਖੋ ਯਾਰ, ਇੱਕ ਇੱਕ ਸਾਈਡ ਤੋਂ ਵੀ ਵੇਖੋ। ਮਾਸ਼ਾਅੱਲਾ, ਜਿੱਥੇ ਬੈਠ ਕੇ ਤੁਸੀਂ ਚੁਆਈਆਂ ਕਰਨੀਆਂ ਕਿ ਅਗਲੇ ਨਾਲ ਅਗਲਾ ਬਰਾਬਰ, ਭਾਈ ਵੇਖੋ ਜਿਤਨੀਆਂ 5,45, 5,45 ਦੀ। ਦੋਤੋ ਜੀ ਰੇਟ ਨਹੀਂ ਲਾਇਆ, ਯਕੀਨ ਕਰੋ ਲੈਣੇ ਦੇਣੇ ਵਾਲੀ ਗੱਲ ਹੈ। ਪਿੱਛੇ ਵੱਛੀ ਹੈ, ਇੱਕ ਨਹੀਂ ਦੋ ਨੇ, 5,45,000 ਐਡਾ ਵੱਡਾ ਜਾਨਵਰ। ਯਾਨੀ ਭਾਈ 6 ਦੀ ਹੈ, ਮਕੂਲ ਜਿਹਾ ਨਫਾ ਰੱਖਿਆ, ਮਕੂਲ ਜਿਹਾ। ਦੋਤੋ ਜੀ ਮਕੂਲ ਜਿਹਾ, ਥੋੜੀ ਜੀ ਛੋਟੀ ਜੀ ਗੱਲ ਕੀਤੀ ਹੈ ਮੇਰੇ ਭਰਾ ਨੇ, ਫਿਰ ਤਾਂ ਅਗਰ ਵੱਛੀ ਦੀ ਗੱਲ ਕਰੀ ਜਿਹੜੀ ਇਹਦੇ ਥੱਲੇ ਵੱਛੀ, ਉਹ ਫਿਰ ਤੋਂ ਵਿਖਾਵਾਂ।
ਅੱਜ ਕੱਲ ਦੀ ਮਾਰਕੀਟ ਚ ਨਾਲ ਦੀਆਂ ਵੱਛੀਆਂ ਵੇਖੋ ਕਿੰਨੇ ਦੀਆਂ ਨੇ, 50,000 ਜਾਨੇ ਬਾਈ ਆ ਕਿਹੜੇ 50,000 ਦੇ, ਕਿਸ 50,000 ਤੁਸੀਂ 50 ਛੱਡੋਗੇ? ਜਗ੍ਹਾ ਦੀ ਥੋੜੀ ਜੀ ਹੈ, ਕਿੱਲਤ, ਉਮੀਦ ਹੈ ਕਿ ਅੱਗੋਂ ਇਨਸ਼ਾਅੱਲਾ ਤਾਲਾ ਕਲੀਅਰ ਹੋ ਜਾਸੀ। ਜਿਵੇਂ ਦੇ ਜਾਨਵਰ ਰਨਾਈ ਖੁੱਲੇ ਟੋਰੇ ਜਾਂਦੇ ਚਲਾਏ ਜਾਂਦੇ ਪੂਰੀਆਂ ਇਹਨਾਂ ਦੀਆਂ ਮੈਂ ਤੁਹਾਨੂੰ ਚਮਕਾਂ ਪਰਖਾਂ ਵਿਖਾਵਾਂ ਜੀ। ਰੁਕਣ ਦੇ ਇੱਕ ਵਾਰੀ ਅੱਧਨ ਜੀ ਮੱਝ ਵਾਲੇ ਥਾਣ ਲੈਣ, ਇਹ ਚੈੱਕ ਕਰੋ ਜਾਨੀ ਬਾਈ, ਇਹ ਫੁੱਟ ਫੁੱਟ ਦੇ ਖਿਲੇ ਪੂਰੀਆਂ ਛਾਵਾਂ ਉਸਲੇ ਇਹ ਮੱਝਾਂ ਚ ਖਲੋਤੀ ਤੇ ਮੱਝ ਪੂਰੀ ਮੱਝ ਦੀ ਮੱਝ ਤੇ ਗਾਂ ਦੀ ਗਾਂ ਨੂੰ ਆਖੀਦਾ ਜੇ ਕੁਆਲਿਟੀ ਹੋਰ ਇੱਥੇ ਵੇਖੋ ਇੱਕ ਵਾਰੀ ਜੀ ਅਜ਼ਾਦ ਮਾਸ਼ਾਅੱਲਾ ਸ਼ੌਕ ਇਹਨੂੰ ਆਖੀਦਾ। ਬਰੀਡ ਥੋੜੀ ਜਿਹੀ ਜਗ੍ਹਾ ਲੇਕਿਨ ਮੇਰੇ ਭਰਾ ਨੇ ਕੰਮ ਸੁਥਰਾ ਕੀਤਾ, ਸੋਹਣੀਆਂ ਚੀਜ਼ਾਂ ਲੈ ਕੇ ਆਉਂਦਾ ਤੇ ਸ਼ੌਕ ਪੂਰੇ ਕਰਾਉਂਦਾ। ਦੂਜਣ ਯਾਨੀ ਬਾਈ ਦੂਜਣ ਮੌਕੇ ਦੀ ਤੇ ਕੋਲ ਕੀ ਚੁਆਈ, ਕਿੰਨਵਾ ਦਿਨ ਨੇ? ਜਾਨਵਰ ਦਾ ਕੱਦ ਬਹੁਤ ਹਾਈਟ ਵੇਖ ਲੋ, ਫਿਰ ਮਾਸ਼ਾਅੱਲਾ ਜਿਹਦੇ ਵੀ ਵੇਨਾ ਤੁਹਾਨੂੰ ਵਿਖਾਈਆਂ ਨੇ ਆਰਡਰ ਚ, ਬੈਕ ਸਾਈਡ ਤੋਂ ਵੀ ਵੇਖ ਲੋ, 18 ਦਿਨ ਹੱਕ ਬਣਦਾ ਨਾਰਮਲ ਵੀ ਕਰਨਾ। ਯਾਨੀ ਬਾਈ 2-4 ਦਿਨ ਲੱਗਦੇ ਹਨ 25 ਲੀਟਰ ਦੋਵੇਂ ਸਾਹਮਣੇ ਇਸ ਨੂੰ ਵੇਖੋਗੇ ਤਾਂ 18 ਲੀਟਰ ਦੀ ਚੁਆਈ ਕਰਾ ਕੇ ਤਸੱਲੀ ਕਰਾ ਦਿੱਤੀ ਜਾਏਗੀ। ਇਹਦੇ ਥੱਲੇ ਜੇ ਬੱਚਾ ਉਹ ਵੈਡ ਵੇਖੋਗੇ, ਮਾਸ਼ਾਅੱਲਾ ਉਹਦੀ ਵੀ 5-45 ਡਿਮਾਂਡ, ਦੋਵਾਂ ਦੀ 5-45 ਉਹਦੇ ਥੱਲੇ ਵੱਛੀ ਹੈ। ਇੱਕ ਨਹੀਂ ਦੋ ਨੇ, ਬਾਕੀ ਮੌਕਾ ਤੁਹਾਡੇ ਕੋਲ, ਦੋਵੇਂ ਦੂਜਣਾ ਨਾ ਦੋਵੇਂ ਦੂਜਣਾ ਮਾਸ਼ਾਅੱਲਾ ਦੋਵੇਂ ਹੀ ਵੈਡਾ ਕਮਾਲ ਨੇ, ਇੱਕ ਤੋਂ ਬਾਅਦ ਕੇਕ ਨੇ। ਔਰ ਅੱਛੀ ਦਾ ਸ਼ੌਕ ਹੈ, ਵੇਖੋ ਨਾ ਜੀ, ਦੋ ਦੀ ਜਾਤ ਇੱਕ ਰੱਖਣੀ, ਕੋਸ਼ਿਸ਼ ਕਰੀ ਦੀ ਮੈਂ ਹਰ ਵੀਡੀਓ 'ਚ ਇਹ ਦੱਸਣਾ, ਚੰਗੀ ਰੱਖੋ, ਸੁਥਰੀ ਚੀਜ਼ ਰੱਖੋ, ਦੋ ਦੀ ਜਾਤ ਇੱਕ ਰੱਖ ਲਓ। ਇਹ ਉਹ ਤੁਹਾਡੇ ਸਾਹਮਣੇ ਜੇ ਦੋਵੇਂ ਵਹਿਣਾ ਕਮਾਲ ਨੇ, ਸਾਹਮਣੇ ਖਲੋਤੀਆਂ ਨੇ ਚੈੱਕ ਕਰੋ, 5-45 ਸ਼ੌਕ ਦਾ ਕੋਈ ਮੁੱਲ ਨਹੀਂ ਜੀ। ਚਲ ਤੇ ਅਗਲੀ ਬਰੀਡ ਜੀ ਦੋ ਤੁਸੀਂ ਚੈੱਕ ਕਰੋ। ਅਗਲਾ ਜਾਨਵਰ ਮਾਸ਼ਾਅੱਲਾ ਜੀ ਗੱਬਨ, ਸਕਰੀਨ ਦੇ ਉੱਤੇ ਤੁਹਾਡੇ ਸਾਹਮਣੇ ਨੰਬਰ ਹੈ 3 ਕ੍ਰਾਸ ਚੋਲਿਸਤਾਨੀ ਫ੍ਰੀਜ਼ਨ, ਖਾਣੇ ਪੀਣੇ ਦੀ ਬਹੁਤ ਹੀ ਚਰਖੀ ਹੈ। ਔਰ ਬਰਾਦ ਨੇ ਜਿਹੜੀ ਚੀਜ਼ ਚੰਗੀ ਖਾਂਦੀ ਪੀਂਦੀ ਹੋਵੇ ਉਹ ਲੈਣੀ ਹੈ, ਤੁਹਾਡੀ ਫੇਸ ਵੀ ਵੇਖੋ ਵਜ਼ਾਦ ਹੈ। ਚੋਲਿਸਤਾਨੀ ਫ੍ਰੀਜ਼ਨ ਦੰਦ ਮੂੰਹ ਦੀ ਛੇ ਦੰਦ, ਕਿੰਨਾ ਟਾਈਮ ਅੰਦਾਜ਼ਨ ਲੈਂਦੀ ਹੈ? ਪਰੇ ਨੂੰ ਬੰਨ ਯਾਰ, ਪਰੇ ਨੂੰ ਬੰਨ, ਤਕਰੀਬਨ ਹਫ਼ਤਾ ਲੈ ਜਾਏਗੀ, ਦੋ ਤਰੀ ਹਫ਼ਤਾ ਤਕਰੀਬਨ। ਗੱਲ ਇਹ ਰਾਊਂਡ ਅਬਾਊਟ ਇੱਕ ਅੰਦਾਜ਼ਾ ਲਾ ਦਿੰਦੇ ਹਾਂ, ਕੋਈ ਇਹ ਨਹੀਂ ਕਿ ਪੱਕਾ ਹਫ਼ਤੇ ਹੀ ਲੈਣਾ, 10 ਦਿਨ ਵੀ ਲੈ ਸਕਦੀ ਹੈ, 12 ਵੀ ਲੈ ਸਕਦੀ ਹੈ, ਔਰ 5 ਦਿਨ ਵੀ ਲੈ ਸਕਦੀ ਹੈ। ਯਾਨੀ ਬਾਈ ਜਿਹੜੀ ਬਰੀਡ ਸੋਨੇ ਇਨਸ਼ਾਅੱਲਾ ਪੂਰਾ ਮੇਲਾ ਲਾਖ, ਜਿਹੜਾ ਕੱਦ ਬੁੱਤ ਤੇ ਹਾਈਟ ਹੈ, ਜਿਹੜੀ ਨਸਲ ਸੋ, ਦੋ ਤਰੀ ਇੱਕ ਵਾਰੀ ਗ੍ਰਾਸ ਹੈ ਯਾਨੀ ਬਾਈ, ਇਹ ਚੀਜ਼ ਵੇਖੋ, ਯਾਨੀ ਕਿ ਜੇ ਲਚਕ ਪੂਰੀ ਪਈ ਹੈ, ਜਿਸਮ ਚੰਗਾ ਹੈ, ਸੰਭਾਲੀ ਕਿਸੇ ਬਰਾ ਨੇ ਚੰਗੀ ਹੈ, ਨਹੀਂ ਕਿ ਕੋਈ ਲਿਸੀ ਹੈ ਜਾਂ ਵਹਿਰ ਚ ਕੋਈ ਕਿਸੇ ਕਿਸਮ ਦੀ ਕਮੀ ਹੈ, ਔਰ ਖਾਣੇ ਦੀ ਵੀ ਚਰਖੀ ਹੈ ਨਾ। ਯਾਨੀ ਬਾਈ ਜੋ ਪਾਇਓ ਨਾ 17-18 ਕਰਦੀ ਰਹੀ ਸੀ ਨਾਰਮਲ, 18 ਕਿਹੜਾ ਹੈ, 20-22 ਕਰ ਸੀ, 20-22 ਕਰ ਸੀ ਦੁੱਧ ਜੀ, ਸੇਵਾ ਦੇ ਉੱਤੇ ਡਿਪੈਂਡ ਕਰਦਾ, 20 ਤੋਂ 22 ਲੀਟਰ ਦੀ ਇਨਸ਼ਾਅੱਲਾ ਤਾਲਾ ਮਿਲਕਿੰਗ ਕਰਵਾ ਸੀ। ਬਾਕੀ ਅੱਜ ਕੱਚੀ ਪਈ ਹੈ, ਕੱਚੀ ਦਾ ਰੇਟ ਥੋੜਾ ਜਿਹਾ ਕੱਚਾ ਲਾਣਾ, ਬਾਹਰ ਕੱਢੀ ਦਾ ਰੇਟ ਤੇ 5.5 ਦੀ ਹੈ, ਨਹੀਂ ਮੁਖਤਸਰ ਜੀ ਗੱਲ ਕਰ ਥੋੜੀ ਛੋਟੀ ਜੀ, ਸਰ ਜੀ ਹਾਂ ਨਾ, ਹਾਂ ਨਾ ਗੱਲ ਹੋਵੇ ਨਾ ਜ਼ੈਦ ਬਾਈ, ਪਤਾ ਕੀ ਹੈ, ਬਰਾਵਾਂ ਨੇ ਪੈਸੇ ਭਰਨੇ ਨੇ, ਚੰਗੀ ਚੀਜ਼ ਹੈ, ਥੋੜਾ ਜਿਤਨਾ ਜਾਇਜ਼ ਪੈਸੇ ਦੋਨੋਂ ਉਤਨਾ ਫਾਇਦਾ ਹੈ, 4,65,000 ਦੀ, 4-65 ਦੀ, 4-65 ਦੋ ਤਰੀ ਹੁਣ ਐਂਡ ਜੇ ਰੇਟ, ਬਾਕੀ ਇਹਦੇ ਉੱਤੇ ਤੁਹਾਡੇ ਸਾਹਮਣੇ ਬਾਰਗੇਨਿੰਗ ਕੋਈ ਨਹੀਂ,
ਫੋਨ ਕਰੋਗੇ ਤਾਂ ਕੁਝ ਨਾ ਕੁਝ ਜ਼ਰੂਰ ਮੁਹੱਬਤ ਹੋਏਗੀ। 18 to 20 ਲੀਟਰ ਦੀ ਮਿਲਕਿੰਗ ਕਪੈਸਿਟੀ ਆਰਾਮ ਨਾਲ ਇਹ ਦੇਖੋ ਲੈ ਭਾਈ 5.5 ਦੀ ਹੈ ਔਰ ਕੱਚੀ ਕੱਚੀ ਕਾਰ ਅੱਜ 4 lakh 5 ਅਸੀਂ ਵੀ 5.5 5.5 ਦੀ ਦੇਣੀ ਹੈ। ਚੰਗੀ ਲੈਣੀ ਹੈ, ਦੋ ਦੀ ਜਾ ਤੇ ਇੱਕ ਰੱਖਣੀ ਹੈ ਤਾਂ ਕਿ ਤੁਹਾਡਾ ਵੀ ਫਾਇਦਾ ਹੋ ਸਕੇ। ਚਲਤੇ ਅੱਜ ਜਿਹੜੇ ਕਿ ਅਗਲੇ ਹੀਰੇ ਕੀ ਲੋ ਜੀ ਦੋਸਤੋ, ਜਾਨਵਰ ਨੰਬਰ ਆ ਚੁੱਕਿਆ 4। ਇੱਕ ਵਾਰੀ ਫੇਸ ਕੁਆਲਿਟੀ ਵਿਖਾਣੀ, ਉਰੇ ਵਿਖਾਈ ਯਾਰ ਬੱਚੀ ਨੇ ਫਲੋਰੇ ਕਰਨਾ, ਇੱਕ ਵਾਰੀ ਪੂਰੀ ਉਰੇ ਖਿਲਾਰ। ਇੱਕ ਵਾਰੀ ਦੁੱਧ ਜੀ ਸ਼ੌਕ ਵਾਲੇ ਭਰਾਵਾਂ ਵਾਸਤੇ ਸ਼ੌਕ ਜੇ, ਇੱਕ ਵਾਰੀ ਫੇਸ ਦੀ ਕੁਆਲਿਟੀ ਵੇਖ ਲਓ ਬੱਚੀ ਦੇ ਕੋਲ ਬੂਥੀ ਕੈਸੀ ਹੈ। ਇਹਦੇ ਉੱਤੇ ਬਰਾ ਦੋਸਤ ਫੋਕਸ ਕਰਦੇ ਨੇ ਬਰੀਡ ਦੇ ਉੱਤੇ, ਮਾਸ਼ਾਅੱਲਾ ਫਰੀਜ਼ੀਆਂ ਨੇ, ਜ਼ਹਿਰ ਵੀ ਪਹਿਲਣ ਲੱਗਦੀ ਹੈ ਜਾਨੀ ਭਾਈ, ਇਹ ਹੀ ਪਹਿਲਣਾ। ਦੰਦ ਮੂੰਹ ਚ ਕਿੰਨੀ ਹੋਣੀ ਹੈ? ਪੈਸੇ ਪੂਰੇ ਕਰਾ ਰਿਹਾ, ਦੁੰਦੀ ਵੱਛੀ ਨਹੀਂ ਹੋਈ ਤੇ ਇਹ ਮੋਠਲਾ ਥਣ ਲਈ ਫਿਰਦੀ ਹੈ। ਔਰ ਜਿਹੜਾ ਮੌਕੇ ਤੇ ਚੁਆਈ ਹੈ 12 ਲੀਟਰ ਦੀ, ਬਾਈ ਨੇ ਉਹ ਦੱਸੀ ਹੈ ਕਿ ਤੁਹਾਨੂੰ 14, 15, 16 ਦੱਸੀ, ਉਹਦਾ ਫਾਇਦਾ ਨਹੀਂ। ਦੂਰ ਤੋਂ ਵੀ ਭਰਾ ਹੁੰਦੇ ਨੇ, ਆ ਕੇ ਤਸੱਲੀ ਦੇ ਨਾਲ ਚੁਆਈ ਕਰਨ ਤੇ ਇਨਸ਼ਾਅੱਲਾ ਤਾਲਾ ਪਹਿਲੇ ਦੁੱਧ ਪੂਰਾ ਕਰੋ, ਫਿਰ ਮਾਸ਼ਾਅੱਲਾ ਜੀ ਆਪਣਾ ਜਾਨਵਰ ਲੈ ਕੇ ਜਾਓ। ਜ਼ੈਦ ਭਾਈ, 12 ਲੀਟਰ ਪਹਿਲੇ ਮੂੰਹ ਚ ਦੁੰਦੀ ਹੁੰਦੀ ਪਈ, ਚਾਰੇ ਸਾਫ਼ ਸੁਥਰੇ, ਸਾਰੇ ਸਾਫ਼ ਸੁਥਰੇ, ਕਿੰਨੇ ਦੀ ਹੈ? ਸੋਹਣੀ ਗੱਲ ਕਰਨਾ, ਜਿਵੇਂ ਵੱਡੀਆਂ ਗਾਵਾਂ ਦਾ ਰੇਟ ਜਾ 375 ਦੀ, ਨਿੱਕੀ ਦਾ ਰੇਟ ਦੇ ਚੋਣਾ, ਖੂਬਸੂਰਤੀ ਹੈ, ਫੇਸ ਕੁਆਲਿਟੀ ਹੈ, 2.5 to 3 ਮਹੀਨੇ ਦੀ ਗੱਬੜ ਵੱਛੀਆਂ ਦਾ ਰੇਟ ਹੁੰਦਾ 3 to 3.25 lakh। ਬਾਕੀ ਮੌਕੇ ਤੱਕ ਚੈੱਕ ਕਰ ਸਕਦੇ ਹੋ। ਚਲਦੇ ਪਹਿਲੀ ਮਾਸ਼ਾਅੱਲਾ ਜੀ ਬੈਂਸ ਕੇ ਦੋਤੋ ਜੀ, ਜੋਟੀ ਨੰਬਰ 1 ਸਕਰੀਨ ਦੇ ਉੱਤੇ ਤੁਹਾਡੇ ਸਾਹਮਣੇ ਮਾਸ਼ਾਅੱਲਾ ਜੀ। ਮੈਂ ਤੁਹਾਨੂੰ ਪਹਿਲੇ ਵੀ ਇਹ ਗੱਲ ਦੱਸੀ ਹੈ ਕਿ ਸਾਡੇ ਕੋਲ ਇੱਕੋ ਵਾਹਿਦ ਫਾਰਮਰ ਹੈ ਜਿਹਦੇ ਕੋਲ ਜੋਟੀਆਂ ਲੱਭਦੀਆਂ ਨੇ ਜਾਨੀ ਬੈਸ ਟੀਵੀ ਤੇ, ਉਹ ਹੈ ਭਾਈ ਜ਼ੈਦ। ਮਾਸ਼ਾਅੱਲਾ, ਬਰੀਕੀ ਇੰਜ ਇੱਕ ਤੁਹਾਨੂੰ ਨਾੜਾਂ ਨਜ਼ਰ ਆ ਰਹੀਆਂ ਨੇ ਜਿਸਮ 'ਚ, ਔਰ ਸੋਹਣੀ ਮਾਸ਼ਾਅੱਲਾ ਜੀ ਬੂਥੀ ਦੀ ਵੀ, ਚੂਰ ਕੁੱਡੇ ਸਿੰਘ ਪਹਿਲਾਂ ਨੇ ਦੂਜਣ ਜਾਨੀ ਭਾਈ, ਪਹਿਲਾਂ ਖੋਲ ਕੇ ਵਿਖਾਇਆ ਮਨਿੰਦੀ ਹੈ। ਠੀਕ ਹੈ, ਅੱਛਾ ਮਨਿੰਦੀ ਤੋਂ ਮਰਾਦ, ਇੱਕ ਮਿੰਟ ਰੁਕੀ ਯਾਰ, ਇਹ ਗੱਲ ਜਿਹੜੀ ਜ਼ੈਦ ਭਾਈ ਕਰ ਰਿਹਾ ਪਹਿਲੇ ਉਹ ਪੂਰੀ ਕਰ ਲੈਂਦੇ ਸੋ, ਮੱਝਾਂ ਬਰਾ ਦੋਸਤ ਰੱਖਦੇ ਨੇ ਅੱਗੇ, ਮੱਝਾਂ ਦਾ ਕੰਮ ਕਰਦੇ ਨੇ, ਉਹਨਾਂ ਨੂੰ ਪਤਾ ਹੈ ਕਿ ਮਾਸ਼ਾਅੱਲਾ ਜੀ ਕਿੰਨੀ ਕੀਮਤੀ ਚੀਜ਼ ਹੈ, ਇੰਜ ਦੀਆਂ ਚੀਜ਼ਾਂ ਸ਼ੌਕ ਨਾਲ ਮੰਗਦੇ ਨੇ। ਇਹ ਹੁੰਦਾ ਸਾਰ ਤਿਕਣ ਲਾਇਆਸ ਪੂਰਾ ਸਾਰੂ ਤੁਹਾਡੇ ਕੋਲ 24 ਸ਼ੱਕ ਕੋਈ ਨਹੀਂ, ਇਹਦੇ ਚ ਕੋਈ ਸ਼ੱਕ ਨਹੀਂ ਕਿ ਪੂਰਾ ਬਰਾਬਰ ਤੱਕ ਲੈ ਕੇ ਗਈ ਹੈ, ਅਡਰ ਤੱਕ ਸੂ ਤੱਕ ਲੈ ਕੇ ਗਈ ਹੈ। ਔਰ ਇਹਨੂੰ ਅੱਧ ਜੇ ਮਾਸ਼ਾਅੱਲਾ ਨਸਲ ਔਰ ਬਟਨਾ ਲਈਏ, ਬੜੀ ਪਿਆਰੀ ਚੀਜ਼ ਹੈ, ਸ਼ੌਕ ਆ ਲਈਏ, ਥਣ ਅਗਲੇ ਨਾਲ ਅਗਲਾ, ਪਿਛਲੇ ਨਾਲ ਪਿਛਲਾ, ਪੂਰਾ 12-14 ਲੀਟਰ ਕੀ ਹੈ ਤਾਂ ਨਾਰਮਲ ਕੇਸ ਹੈ ਜਾਨੀ ਭਾਈ, ਮਾਮੂਲੀ ਕੇਸ ਹੈ, ਮਾਮੂਲੀ ਕੇਸ ਹੈ। ਔਰ ਹੈ ਵੀ ਮਾਸ਼ਾਅੱਲਾ ਜੀ ਸੋਹਣੀ, ਬੂਥੀ ਵੇਖੋ ਤੇ ਫਿਰ ਸਿੰਘੀ ਵੇਖੋ, ਹੱਥ ਰੱਖਿਆ ਸਿੰਘੀ ਛੁਪਦੀ ਹੈ ਜਾਨੀ ਭਾਈ, ਸੋਹਣੀ ਐਵੇਂ ਦਿਓ, ਇੰਜ ਗੱਲ ਹੈ, ਕੋਈ ਸ਼ੱਕ ਨਹੀਂ ਤੇ ਜੀ, ਮੁੱਲ ਵੀ ਜਾਇਜ਼ ਲਾ ਨਾ ਜਾਨੀ ਭਾਈ, ਮੁੱਲ ਤੇ ਸੋਨੇ ਜਿਹੜੇ ਬਰਾਊਨ ਪਸੰਦ ਆ ਗਈ, 4,45,000 ਦੀ ਦੋਸਤੋ ਜੀ, ਅੱਛੀ ਚੀਜ਼ ਹੈ,
ਸ਼ੌਕ ਵਾਲੀ ਚੀਜ਼ ਹੈ ਮਾਸ਼ਾਅੱਲਾ ਜੀ, ਔਰ ਹਰ ਚੀਜ਼ ਤੁਹਾਨੂੰ ਵੰਡ ਕਰਕੇ ਵਿਖਾਈ ਗਈ ਹੈ ਕਿ ਥਣ ਖਿਲੇ ਵੀ ਵੇਖੋ ਮਾਸ਼ਾਅੱਲਾ, ਫਿਰ ਬਰੀਡ ਵੀ ਵੇਖੋ, ਹੈ ਦੂਜਨ ਮਨਾਂਦੀ ਪਹਿਲਣ ਵੀ ਹੈ, ਲੇਕਿਨ ਜੋ ਹੈ ਇਨਸ਼ਾਅੱਲਾ ਤਾਲਾ ਉਹ ਦੱਸਣਾ। ਬਾਕੀ ਚਮਕ ਅਤੇ ਇਹ ਚੀਜ਼ਾਂ ਇਹ ਹਰ ਜੋਟੀਆਂ ਕੋਲ ਨਹੀਂ ਹੁੰਦੀਆਂ, ਹਰ ਮੱਝਾਂ ਨਹੀਂ ਬਣਾ ਸਕਦੀਆਂ, ਨਸਲੀ ਚੀਜ਼ ਇਹ ਬਣਾਉਂਦੀਆਂ ਨੇ ਅਤੇ ਸ਼ੌਕ ਪੂਰਾ ਜਿਹਾ ਚੱਲਦਾ ਅਗਲੀ ਮਾਸ਼ਾਅੱਲਾ ਜੀ ਬਰੀਡ 'ਚ। ਲਓ ਜੀ ਦੋਸਤੋ, ਸ਼ਕੀਨਾ ਵਾਸਤੇ ਮਾਸ਼ਾਅੱਲਾ ਜੀ ਰੱਤੀ ਭੂਰੀ, ਅਤੇ ਮਾਸ਼ਾਅੱਲਾ ਮਜ਼ੇ ਦੀ ਗੱਲ ਹੈ, ਪੰਜ ਕਲਿਆਣ ਹੈ, ਪੂਰੀ ਪੰਜ ਕਲਿਆਣ ਹੋਏਗੀ। ਅੱਛਾ, ਪੂੰਛ ਵੇਖੋ, ਚਾਰੇ ਪੰਜੇ ਵੇਖੋ, ਮੱਥਾ ਵੇਖੋ ਅਤੇ ਨੋਜ਼ ਵੇਖੋ, ਪੂਰੀ ਵਿਖਾਉਂਦੇ ਹਾਂ ਜੀ। ਔਰ ਬਟਨਾ ਲਈ ਹੈ ਮਾਸ਼ਾਅੱਲਾ, ਕੋਈ ਆਮ ਨਹੀਂ, ਨਸਲੀ ਚੀਜ਼ ਹੈ, ਖੂਬਸੂਰਤ ਹੈ। ਜ਼ਿਆਦਾਤਰ ਬੁਰੀਆਂ ਮੱਝਾਂ ਦੇ ਸ਼ੌਕੀਨ ਭਰਾ ਬੈਠੇ ਨੇ, ਲੱਭਦੀਆਂ ਬੜੀਆਂ ਘਾਟ ਨੇ, ਕੀ ਵਜ੍ਹਾ ਜਾਨੀ ਬਾਈ, 100 ਚੋਂ ਇੱਕ ਲੱਭਦੀ ਹੈ, ਜਿਵੇਂ ਗਾਵਾਂ 'ਚ ਜਰਸੀ ਘਾਟ ਲੱਭਦੀ ਹੈ, ਜਰਸੀ ਘਾਟ ਲੱਭਦੀ ਹੈ, ਮੱਝਾਂ ਹੀ ਬੁਰੀ ਘਾਟ ਲੱਭਦੀ, ਬੁਰੀ ਘਾਟ ਲੱਭਦੀ। ਔਰ ਮਾਸ਼ਾਅੱਲਾ ਜੀ, ਬੁਰੀਆਂ ਵੀ ਕੋਈ ਆਮ ਬੁਰੀ ਨਹੀਂ, ਚੰਗੀ ਸੋਹਣੀ ਹੈ ਮਾਸ਼ਾਅੱਲਾ। ਪੰਜ ਕਲਿਆਣ 'ਚ ਹੁੰਦੀ ਹੈ, ਕਦੀ ਬੂਥੀ ਵੀ ਉਰੇ ਵਿਖਾ ਨੇ, ਕਦੀ ਪੂਰੀ ਸ਼ੋ ਪੂਰੇ ਕਰਾਉਣ ਦੇ। ਇਹ ਚੈੱਕ ਕਰ ਲਓ ਜੀ, ਜੱਜੀ ਕਰਕੇ ਵੀ ਬਰਾ ਦੋਸਤ ਇਹਨਾਂ ਨੂੰ ਪਸੰਦ ਕਰਦੇ ਨੇ, ਪੂਰੀ ਸ਼ੈਲ ਵੇਖੋ ਇੱਕ ਵਾਰੀ, ਕਦਮ ਦੀ ਸੂਈ ਆ ਜਾਨੀ ਬਾਈ, ਆ ਤੀਸਰਾ ਦਿਨ ਹੈ, ਤੀਸਰਾ ਦਿਨ ਕੀ ਚੁਆਈ ਇਸ ਟਾਈਮ? ਬੋਲੇ ਬੋਲੇ ਦੀ ਚੁਆਈ ਮੱਝ ਦੀ 11 ਤੋਂ 12 ਲੀਟਰ ਦੀ। ਕੋਈ ਆ ਕੇ ਕਰ ਲਵੇ, ਇਹ ਪਿਛਲੀ ਜੋੜੀ ਦੀ ਹੈ ਜਾਂ ਪੂਰੀ ਦੀ ਹੈ? ਜਾਨੀ ਬਾਈ, ਤਿੰਨ ਥਣਾਂ ਦੀ, ਤਿੰਨ ਥਣਾਂ ਦੀ ਗੱਲ ਪਹਿਲੇ ਖੁੱਲੀ ਚੰਗੀ ਹੁੰਦੀ ਨਾ ਜੀ ਟੋਰ, ਕਿਉਂਕਿ ਕੋਈ ਚੋਣ ਆਵੇ ਫਿਰ ਉਹ ਆਕੇ ਸੰਨ ਦੱਸੀ ਗੱਲ ਹੋਰ ਸੀ, ਗੱਲ ਇੱਥੇ ਆ ਕੇ ਹੋਰ ਹੈ। ਦੁੱਧ ਜੇ ਤਿੰਨ ਥਣਾਂ ਜੀ, ਜੇ ਕੋਈ ਭਰਾ ਵੀ ਆ ਕੇ ਮਾਸ਼ਾਅੱਲਾ ਚੁਆਈ ਕਰਨਾ ਚਾਹਵੇ ਤਾਂ 10 ਲੀਟਰ 11 ਲੀਟਰ ਮਾਸ਼ਾਅੱਲਾ ਜੀ ਚੁਆਈ ਕਰ ਸਕਦਾ। ਬਾਕੀ ਨਸਲ 'ਚ ਕੋਈ ਕਮੀ ਨਹੀਂ, ਖੂਬਸੂਰਤੀ ਵੀ ਹੈ ਔਰ ਸਿਰੇ ਦੀ ਵੀ ਮਾਸ਼ਾਅੱਲਾ ਜੀ ਬੜੀ ਸੋਹਣੀ ਹੈ, ਚੈੱਕ ਕਰ ਸਕਦੇ ਹੋ। ਜ਼ਿਆਦਾ ਗੱਲ ਤੇਰੇ ਤਾਂ ਮੁਕੜੀ ਹੈ, ਜੋਟੀ 4.25 ਲੱਖ ਦੀ ਹੈ, ਬਾਈ ਲੈਣੇ ਦੇਣੇ ਵਾਲੀ ਗੱਲ ਕੋਈ ਰੱਖਣਾ ਥੋੜੀ ਜੀ ਜਹਿਲ ਜੀ, ਹਾਂ ਨਾ ਆਉਣੀ ਹੈ ਫਿਰ ਜਾਨੀ ਬਾਈ। ਯੈਸ, ਜਿਹੜੇ ਬਰਾਉਨ ਪਸੰਦ ਆ ਗਈ, 3,90,000 ਦੀ, 3,90 ਦੀ, 3,90 ਦੀ ਮੁਕਤ ਸਾਰੇ, ਮੁਕਤ ਸਾਰ ਜੇ ਜਾਨੀ ਬਾਈ, ਕੋਈ ਫਾਈਨਲ ਹੋਵੇ ਤੇ ਫਾਈਨਲ ਕਰ ਦਿੱਤੇ ਜਾਨੀ ਦੁੱਧ ਜੀ, ਫਾਈਨਲ ਕਰਕੇ ਦੁੱਧ ਜੀ, ਕਿਸੇ ਬਾਈ ਦੋਸਤ ਨੂੰ ਪਸੰਦ ਆਵੇ 3,90,000 ਰੁਪਏ 'ਚ ਮਾਸ਼ਾਅੱਲਾ ਜੀ ਜਾਨਵਰ ਲੱਭ ਜਾਏਗਾ। ਬਾਕੀ ਹਰ ਸਾਈਡ ਤੋਂ ਤਸੱਲੀ ਗਰੰਟੀ ਹੋਏਗੀ, ਤੁਸੀਂ ਆ ਕੇ ਥਣ ਪਾਸ ਕਰ ਸਕਦੇ ਹੋ, ਚੁਆਈ ਕਰ ਸਕਦੇ ਹੋ, ਦੰਦ ਮੂੰਹ ਦੀ ਖਾਣ ਪੀਣ ਦੀ ਬਿਲਕੁਲ ਓਕੇ ਹੋਏਗੀ, ਪਹਿਲਣੇ ਪਹਿਲਣੇ। ਵਾਹ ਜੀ ਵਾਹ ਮਾਸ਼ਾਅੱਲਾ, ਇਹ ਵੀ ਗੱਲ ਮੈਂ ਨਹੀਂ ਪੁੱਛੀ ਕਿ ਬਾਈ ਜ਼ਿਆਦਾ ਤਾਂ ਜੀ ਗਰੰਟੀ ਨਾਲ ਪਹਿਲਣ ਵੀ ਹੋਏਗੀ, ਇਹ ਵੀ ਤਸੱਲੀਆਂ ਦਵਾਵਾਂਗੇ। ਔਰ ਵੇਖੋ ਮਾਸ਼ਾਅੱਲਾ ਜੀ, ਮੂੰਹ ਦੀ ਚੰਗੀ ਸੁਤਰੀ ਕਿੰਨੀ ਹੈ ਦੰਦੋ, ਬੜੀ ਚੰਗੀ ਜੀ ਸ਼ੈ ਮਾਸ਼ਾਅੱਲਾ, ਇਹ ਵੀ ਰੱਤੀ ਹੈ, ਬੁਰੀ ਹੈ, ਔਰ ਮਾਸ਼ਾਅੱਲਾ ਸੋਹਣਾ ਥਣ ਖਿਲਿਆ, ਸੱਜਰੀ ਹੈ ਵੀ ਕੱਟੀ, ਔਰ ਤੇਰੀ ਖੈਰ ਇੰਜ ਢਾ ਕਟੋਰ ਬਾਈ ਥੱਲੇ ਕੱਟੀ ਹੈ, ਪਰਸੋਂ ਦੀ ਸੂਈ ਹੈ ਮਾਸ਼ਾਅੱਲਾ ਜੀ, ਸੋਹਣੀ ਚੀਜ਼ ਹੈ ਇਹ, ਗਵਾਲਿਆਂ ਵਾਸਤੇ ਸੋਨਾ ਜੇ ਸੁਆ ਕਿਨ ਵਾਲਾ ਇਹ ਕਨਫਰਮ, ਦੂਜੇ ਹੀ ਤੀਜਾ ਹੋ ਸਕਦੀ ਹੈ, ਦੋਸਤੋ ਜੀ ਇੱਥੇ ਵੇਖੋ ਇੱਕ ਵਾਰੀ, ਇਹ ਉਹ ਜਾ ਹੈ, ਪੈਸੇ ਪੂਰੇ ਕੋਈ ਸ਼ੱਕ ਨਹੀਂ ਜੀ, ਸੋਹਣਾ ਥਣ ਖਿਲਾ ਹੋਵੇ ਮਾਸ਼ਾਅੱਲਾ ਜੀ, ਬਰੀਡ ਤੁਹਾਡੇ ਸਾਹਮਣੇ ਰੱਤੀਆਂ, ਅੱਜ 2 ਲੱਗ ਗਈਆਂ ਨੇ, ਇਹ ਕਹਿ ਲੱਗੀ ਹੈ ਮਾਸ਼ਾਅੱਲਾ ਜੀ ਉਹ ਪਹਿਲਣ ਸੀ, ਇਹ ਦੂਜਣ ਹੈ, ਇਹਦੇ ਕੋਲ ਕੀ ਚੁਆਈ ਹੈ ਜਾਨੀ ਬਾਈ? ਆਖਰੀ ਜਾਨਵਰ ਹੈ ਮੁਕਤਸਰ ਦੀ ਗੱਲ ਕਰੀ, 8 ਲੀਟਰ ਹੈ, ਖਾਂਗੜਾ ਇਸ ਰੇਟ ਚ ਫਿਰ ਸਜੀ ਸੂਈ ਹੋਵੇ, ਪਿੱਛੇ ਵੀ ਕੱਟੀ ਹੋਵੇ,
ਸਵਾ 3 ਲੱਖ ਰੁਪਇਆ ਮਾਸ਼ਾ 3.5 ਨਹੀਂ ਸਵਾ 3 ਲੱਖ 3 ਲੱਖ 25 ਹਜ਼ਾਰ ਚ ਮਾਸ਼ਾ ਤੁਹਾਨੂੰ ਲੱਭ ਜਾਏਗੀ। ਆਪਣਾ ਖਿਆਲ ਰੱਖਿਓ, ਅੱਲਾ ਹਾਫਿਜ਼ ਜੀ। ਪਾਕਿਸਤਾਨ ਜ਼ਿੰਦਾਬਾਦ।